Hello, my dear students of class 10th science. There is a very good news for you people. ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬੋਰਡ ਨੇ ਜਿਹੜਾ ਹੈ ਬਾਈ ਮੰਥਲੀ ਦੇ ਜਿਹੜੇ ਸੈਂਪਲ ਪੇਪਰ ਹੈ ਉਹ ਰਿਲੀਜ਼ ਕਰ ਦਿੱਤੇ ਹੈ ਹੁਣੇ ਜਸਟ 15-20 ਮਿੰਟ ਪਹਿਲੇ ਔਰ ਆਈ ਐਮ ਵੈਰੀ ਮੱਚ ਕਿਊਰੀਅਸ ਟੂ ਡਿਸਕਸ ਦੀਸ ਸੈਂਪਲ ਪੇਪਰ ਵਿਦ ਯੂ ਪੀਪਲ ਤਾਂ ਬੇਟਾ ਆਪਾਂ ਕਰਨ ਜਾ ਰਹੇ ਹਾਂ ਕਲਾਸ 10ਵੀਂ ਸਾਇੰਸ ਦੇ ਸੈਂਪਲ ਪੇਪਰ ਦੀ ਰਿਵੀਜ਼ਨ ਔਰ ਲੈਟ ਅਸ ਡਿਸਕਸ ਔਰ ਇਹ ਸੈਂਪਲ ਪੇਪਰ ਐਸ ਸੱਚ ਹੀ ਬੋਰਡ ਵੱਲੋਂ ਸਾਨੂੰ ਪ੍ਰੋਵਾਈਡ ਹੋਏ ਹੈ ਜਸਟ 15 ਮਿੰਟਸ ਪਹਿਲੇ ਔਰ ਲੈਟ ਅਸ ਡਿਸਕਸ ਪੈਟਰਨ ਦੇਖੀਏ ਕਿੱਦਾਂ ਦੇ ਕੁਐਸਚਨਸ ਸਿਲੈਕਟ ਕੀਤੇ ਗਏ ਹੈ ਕਿ ਉਹ ਜੋ ਤੁਹਾਨੂੰ ਟੀਚਰਸ ਪੜ੍ਹਾ ਰਹੇ ਸੀ ਉਹਦੇ ਨਾਲ ਮੈਚਅਪ ਕਰ ਪਾ ਰਹੇ ਹੈ ਜੋ ਡੀ ਡੀ ਪੰਜਾਬੀ 'ਤੇ ਸਾਡੇ ਕੋਲ ਆ ਰਹੇ ਸੀ ਚੈਨਲਸ 'ਤੇ ਪ੍ਰੋਗਰਾਮ ਕੀ ਉਹ ਉਹਨਾਂ ਨਾਲ ਮੈਚਅਪ ਕਰ ਰਹੇ ਹਨ ਅਤੇ ਆਓ ਬੇਟਾ ਇੱਕ ਲੁੱਕ ਹੈਵ ਅ ਲੁੱਕ ਔਨ ਯੂਅਰ ਸੈਂਪਲ ਪੇਪਰ ਅਤੇ ਕੁਛ ਇੱਦਾਂ ਦਾ ਸੈਂਪਲ ਪੇਪਰ ਜਿਹੜਾ ਸਾਨੂੰ ਅੱਜ ਹੁਣੇ ਪ੍ਰੋਵਾਈਡ ਹੋਇਆ ਹੈ ਫੋਰ ਕਲਾਸ 10th ਸਾਇੰਸ ਔਰ ਇਸ ਸੈਂਪਲ ਪੇਪਰ ਦੀ ਇੱਕ ਇੰਨੀ ਵਧੀਆ ਗੱਲ ਹੈ ਕਿ ਬੇਟਾ ਇਟ ਇਜ਼ ਕੰਪੈਟੇਬਲ ਫੋਰ ਬੋਥ ਮੀਡੀਅਮ ਜਿਹੜੇ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਲਈ ਹੈ ਨਾਲ ਹੀ ਨਾਲ ਕੁਐਸਚਨ ਹੈ ਤਾਂ ਕਿ ਦੋਨੋਂ ਮੀਡੀਅਮਸ ਲਈ ਈਜ਼ੀ ਹੋ ਜਾਵੇ ਔਰ ਬੱਚਿਆਂ ਲਈ ਵੀ ਈਜ਼ੀ ਹੋ ਜਾਏ ਸਭ ਤੋਂ ਪਹਿਲੇ ਮੈਂ ਗੱਲ ਕਰਨਾ ਚਾਹਾਂਗੀ ਕਿ ਉੱਤੇ ਦਿੱਤਾ ਹੋਇਆ ਕਿ ਟੋਟਲ ਮਾਰਕਸ ਜਿਹੜਾ ਹੈ 20 ਹੈ ਟਾਈਮ ਅੱਜ ਤੱਕ ਹੁਣ ਆਪਾਂ ਜਿਹੜੇ ਸੈਂਪਲ ਪੇਪਰ ਸੀ 1.5 ਘੰਟੇ ਦੀ ਗੱਲ ਕਰਦੇ ਸੀ ਪਰ ਬੇਟਾ ਐਕਚੁਅਲੀ ਜਿਹੜਾ ਸਾਨੂੰ ਬੋਰਡ ਵੱਲੋਂ ਟਾਈਮ ਪ੍ਰੋਵਾਈਡ ਹੋਇਆ ਦੈਟ ਇਜ਼ ਜਸਟ 40 ਮਿੰਟਸ ਐਂਡ ਇਟ ਇਜ਼ ਅ ਗ੍ਰੇਟ ਚੇਂਜ ਇਨ ਦਾ ਟਾਈਮ ਕਿਉਂਕਿ ਹੁਣ ਤੱਕ ਮੈਂ ਤੁਹਾਨੂੰ ਇਹੀ ਕਹਿ ਰਹੀ ਸੀ ਕਿ ਤੁਹਾਡੇ ਕੋਲ 1.5 ਘੰਟਾ ਪੇਪਰ ਕਰਨ ਲਈ ਅਗਰ ਤੁਹਾਨੂੰ ਟੀਚਰ 10 ਵਜੇ ਪੇਪਰ ਦਿੰਦਾ ਤਾਂ ਤੁਸੀਂ 11:30 ਉਹਨੂੰ ਵਾਪਸ ਕਰ ਦੇਣਾ ਨੋ ਨਾਓ ਦਾ ਟਾਈਮ ਟਾਈਮ ਚੇਂਜ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਦੈਟ ਇਜ਼ ਓਨਲੀ 40 ਮਿੰਟਸ ਕਿ ਅਗਰ ਟੀਚਰ ਤੁਹਾਨੂੰ 10 ਵਜੇ ਪੇਪਰ ਪ੍ਰੋਵਾਈਡ ਕਰ ਰਿਹਾ ਹੈ ਤਾਂ 10:40 ਤੱਕ ਪੇਪਰ ਕੰਪਲੀਟ ਕਰਕੇ ਤੁਸੀਂ ਟੀਚਰ ਨੂੰ ਸਨੈਪਸ ਜਿਹੜੀਆਂ ਉਹ ਖਿੱਚ ਕੇ ਭੇਜ ਦੇਣੀਆਂ ਔਰ ਇਟ ਇਜ਼ ਯੂਅਰ ਬੇਟਾ ਇਹ ਤੁਹਾਡੇ 'ਤੇ ਹੈ ਠੀਕ ਹੈ ਨਾ ਤੋ ਸੋ ਇੰਨਾ ਤੁਸੀਂ ਆਪਣੇ ਟੀਚਰਸ ਦਾ ਸਾਥ ਦੇਣਾ ਲੈਟ ਅਸ ਡਿਸਕਸ 8 ਕੁਐਸਚਨ ਪੈਟਰਨ ਇਜ਼ ਸੇਮ ਫਸਟ ਗੱਲ ਕਰਨ ਜਾ ਰਹੀ ਹਾਂ ਦਾ ਸਬਸਟਾਂਸ ਵਿਚ ਇਜ਼ ਮੇਨਲੀ ਰਿਸਪੋਂਸੀਬਲ ਫੋਰ ਦਾ ਡਿਪਲੀਸ਼ਨ ਆਫ ਓਜ਼ੋਨ ਲੇਅਰ ਕਿਹੜਾ ਸਬਸਟਾਂਸ ਹੈ ਜਿਹੜਾ ਡਿਪਲੀਸ਼ਨ ਆਫ ਓਜ਼ੋਨ ਲੇਅਰ ਲਈ ਜਿਹੜਾ ਉਹ ਹੈ ਉਹ ਪਦਾਰਥ ਜੋ ਓਜ਼ੋਨ ਪਰਤ ਦੇ ਨਸ਼ਟ ਹੋਣ ਦਾ ਮੁੱਖ ਕਾਰਨ ਹੈ ਤਾਂ ਬੇਟਾ ਉਹ ਜਿਹੜਾ ਪਦਾਰਥ ਹੈ ਉਹ ਨਾ ਤਾਂ ਕਾਰਬਨ ਡਾਈਆਕਸਾਈਡ ਹੈ ਨਾ ਤਾਂ ਨਾਈਟ੍ਰੋਜਨ ਹੈ ਅਤੇ ਨਾ ਤਾਂ ਓਜ਼ੋਨ ਹੈ ਉਹ ਥਰੂ ਅਤੇ ਓਜ਼ੋਨ ਦਾ ਹੀ ਫਾਰਮੂਲਾ ਹੈ ਉਹ ਹੈ CFC ਜਿਹਨੂੰ ਆਪਾਂ ਕਹਿੰਦੇ ਹਾਂ ਕਲੋਰੋ ਫਲੋਰੋਕਾਰਬਨ ਕੀ ਕਹਿੰਦੇ ਹਾਂ ਇਹਨੂੰ ਆਪਾਂ ਕਲੋਰੋ ਫਲੋਰੋਕਾਰਬਨ ਔਰ ਬੇਟਾ ਇਹ ਮੇਨਲੀ ਜਿਹੜਾ ਰਿਲੀਜ਼ ਹੁੰਦਾ ਉਹ ਏਸਿਸ ਤੋਂ ਹੁੰਦਾ ਹੈ ਜਾਂ ਰੈਫਰੀਜਰੇਟਰਸ ਤੋਂ ਠੀਕ ਹੈ ਬੇਟਾ ਸੈਕਿੰਡ ਕੁਐਸਚਨ ਦੇਖਦੇ ਹਾਂ ਵਿਚ ਵਨ ਆਫ ਦਾ ਫੋਲੋਇੰਗ ਮਟੀਰੀਅਲ ਕੈਨ ਨਾਟ ਬੀ ਯੂਜ਼ ਫੋਰ ਮੇਕ ਅ ਲੈਂਸ ਹੇਠ ਲਿਖਿਆ ਵਿੱਚੋਂ ਕਿਹੜੀ ਸਮੱਗਰੀ ਨੂੰ ਲੈਂਸ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਬੇਟਾ ਸਭ ਤੋਂ ਪਹਿਲੇ ਤਾਂ ਪੇਪਰਸ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਨਹੀਂ ਉਹਨੇ ਕਿਹਾ ਇਹ ਨਹੀਂ ਕਿਹਾ ਵਰਤਿਆ ਜਾਂਦਾ ਉਹਨੇ ਕਿਹਾ ਨਹੀਂ ਵਰਤਿਆ ਜਾਂਦਾ ਬੇਟਾ ਦੇਖੋ ਵਾਟਰ ਗਲਾਸ ਪਲਾਸਟਿਕ ਲੇ ਬੇਸਿਕਲੀ ਜਿਹੜਾ ਵਾਟਰ ਹੈ ਜਾਂ ਗਲਾਸ ਹੈ ਦੇ ਬੋਥ ਆਰ ਇੱਦਾਂ ਕਿ ਉਹਨਾਂ ਬੋਥ 'ਚੋਂ ਲਾਈਟ ਜਿਹੜੀ ਹੈ ਉਹ ਪਾਸ ਹੋ ਜਾਂਦੀ ਹੈ ਪਰ ਪਲਾਸਟਿਕ ਅਤੇ ਕਲੇ 'ਚੋਂ ਅਗਰ ਆਪਾਂ ਗੱਲ ਕਰੀਏ ਤਾਂ ਲਾਈਟ ਐਜ ਸੱਚ ਪਾਸ ਨਹੀਂ ਹੁੰਦੀ ਪਰ ਪਲਾਸਟਿਕ 'ਚ ਜੇ ਟ੍ਰਾਂਸਪੇਰੈਂਟ ਪਲਾਸਟਿਕ ਵੀ ਹੈਵ ਤਾਂ ਫਿਰ ਉਹ ਯੂਜ਼ ਕਰ ਸਕਦੇ ਹਾਂ ਆਪਾਂ ਲੈਂਸ ਬਣਾਉਣ ਲਈ ਬਟ ਕਲੇ ਅਸੀਂ ਨਹੀਂ ਯੂਜ਼ ਕਰ ਸਕਦੇ ਸੋ ਸਾਡਾ ਰਾਈਟ ਆਨਸਰ ਹੈ ਕਲੇ ਹੁਣ ਕਲੇ ਆਪਾਂ ਕਿਉਂ ਨਹੀਂ ਯੂਜ਼ ਕਰ ਸਕਦੇ ਬੇਟਾ ਬੇਸਿਕਲੀ ਕਲੇ ਡਜ਼ ਨਾਟ ਜਿਹੜੀ ਕਲੇ ਹੈ ਦੈਟ ਕੈਨ ਨਾਟ ਰਿਫਰੈਕਟ ਠੀਕ ਹੈ ਨਾ ਪ੍ਰੋਸੈਸ ਨਹੀਂ ਸ਼ੋ ਕਰਦੀ ਰਿਫਰੈਕਸ਼ਨ ਦਾ ਜਿਹੜਾ ਦੈਟਸ ਵਾਈ ਆਪਾਂ ਇਹਦੇ ਤੋਂ ਲੈਂਸ ਨਹੀਂ ਬਣਾ ਸਕਦੇ ਅਗਲੀ ਗੱਲ ਹੈ ਥਰਡ ਕੁਐਸਚਨ ਦਾ SI ਯੂਨਿਟ ਆਫ ਪਾਵਰ ਆਫ ਲੈਂਸ ਇਜ਼ ਜਿਹੜਾ ਲੈਂਸ ਹੈ ਉਹਦੀ SI ਯੂਨਿਟ ਕੀ ਹੈ ਬੇਟਾ ਤਾਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਲੈਂਸ ਹੈ ਉਹਦੀ SI ਯੂਨਿਟਸ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਥੱਲੇ ਪਰ ਇੱਥੇ ਵੀ ਆਪਸ਼ਨਸ ਤਾਂ ਦਿੱਤੀਆਂ ਪਰ ਤੁਹਾਨੂੰ ਇੱਕ ਕਨਸੈਪਟ ਇਹਦੇ ਲਈ ਵੀ ਸਮਝਣਾ ਥੋੜ੍ਹਾ ਜਿਹਾ ਇੰਪੋਰਟੈਂਟ ਹੈ ਲੈਂਸ ਦੀ ਸ਼ਕਤੀ ਦੀ SI ਇਕਾਈ ਕੀ ਹੈ ਆਪਸ਼ਨਸ ਦਿੱਤੀਆਂ ਤੁਹਾਨੂੰ ਮੀਟਰ ਡਾਇਪਟਰ ਸੈਂਟੀਮੀਟਰ ਅਤੇ ਨਨ ਆਫ ਅਬਵ ਅਤੇ ਬੇਟਾ ਸਾਡਾ ਸਹੀ ਆਨਸਰ ਹੈ ਡਾਇਪਟਰ ਪਰ ਇੱਕ ਗੱਲ ਤੁਸੀਂ ਮੇਰੀ ਯਾਦ ਰੱਖਣੀ ਹੈ ਕਿ ਲੈਂਸ ਦੀ ਪਾਵਰ ਆਫ ਲੈਂਸ ਦੀ ਯੂਨਿਟ SI ਉਦੋਂ ਹੀ ਹੋਏਗੀ ਜਦੋਂ ਉਸ ਦੀ ਫੋਕਸ ਦੂਰੀ ਤੁਹਾਨੂੰ ਪਤਾ ਫਾਰਮੂਲਾ ਹੁੰਦਾ ਹੈ ਪਾਵਰ ਦਾ 1/F ਜਦੋਂ ਉਸ ਦੀ ਜਿਹੜੀ ਫੋਕਸ ਦੂਰੀ ਹੈ ਉਹ ਮੀਟਰ ਵਿੱਚ ਹੋਵੇਗੀ ਇੱਕ ਗੱਲ ਯਾਦ ਰੱਖਿਓ ਜਦੋਂ ਉਸ ਦੀ ਫੋਕਸ ਦੂਰੀ ਕਿਹਦੇ ਵਿੱਚ ਹੋਏਗੀ ਮੀਟਰ 'ਚ ਹੋਏਗੀ
ਉਸਦੀ ਫੋਕਸ ਦੂਰੀ ਕਿਸ 'ਚ ਹੋਏਗੀ, ਮੀਟਰ 'ਚ ਹੋਏਗੀ। ਇਹਦਾ ਮਤਲਬ ਜਿਹੜਾ 1 ਡਾਇਪਟਰ ਜਿਹਨੂੰ ਆਪਾਂ ਡੀ ਦੇ ਬਰਾਬਰ ਦਿੰਦੇ ਹਾਂ, ਇਹ 1 ਮੀਟਰ ਇਨਵਰਸ ਵੀ, ਇਹ ਵੀ ਹੈ। ਠੀਕ ਹੈ ਬੇਟਾ, ਇਹਦਾ ਮਤਲਬ ਸਾਡਾ ਸਹੀ ਉੱਤਰ ਹੈ ਡਾਇਪਟਰ, ਮੀਟਰ ਨਹੀਂ ਹੈ ਸਾਡਾ ਸਹੀ ਉੱਤਰ, ਸੈਂਟੀਮੀਟਰ ਨਹੀਂ ਹੈ, ਨਨ ਆਫ ਅਬਵ ਨਹੀਂ ਹੈ। ਤਾਂ ਯਾਦ ਰੱਖਣਾ ਜੀ, ਇੱਥੋਂ ਤੁਹਾਡਾ ਆਹ ਵੀ ਕੁਐਸਚਨ ਹੋ ਗਿਆ ਕਿ ਪਾਵਰ ਦਾ ਫਾਰਮੂਲਾ ਕੀ ਹੈ, ਪਾਵਰ ਆਫ ਲੈਂਸ ਦਾ ਫਾਰਮੂਲਾ, ਲੈਂਸ ਦੀ ਸ਼ਕਤੀ ਦਾ ਫਾਰਮੂਲਾ ਕੀ ਹੈ, 1/f। ਆਓ ਜੀ ਅਗਲੇ ਕੁਐਸਚਨ ਡਿਸਕਸ ਕਰਦੇ ਹਾਂ, 4th ਕੁਐਸਚਨ, ਵੈਰੀ ਈਜ਼ੀ ਕੁਐਸਚਨ। ਹੁਣ ਜੀ ਸਿੱਧਾ ਨਹੀਂ ਪੁੱਛਿਆ ਗਿਆ ਕੁਐਸਚਨ, ਦੇਖਿਓ ਧਿਆਨ ਨਾਲ। ਗੀਤਾ ਹੈਜ਼ ਡਿਫੀਕਲਟੀ ਟੂ ਰੀਡ ਦਾ ਬੁੱਕ। ਜੀ ਗੀਤਾ ਕੋ ਕਿਤਾਬ ਨਹੀਂ ਪੜ੍ਹੀ ਜਾਂਦੀ। ਹਰ ਡਿਫੈਕਟ ਆਫ ਵਿਜ਼ਨ ਕੈਨ ਬੀ ਕੁਰੈਕਟਿਡ ਬਾਈ ਯੂਜ਼ਿੰਗ ਸਪੈਕਟੇਕਲਸ ਕੰਟੇਨ। ਉਹਦਾ ਜੀ ਵਿਜ਼ਨ ਦਾ ਆਪਾਂ ਦੋਸ਼ ਤਾਂ ਉਹਨੂੰ ਕਰੈਕਟ ਕਰਨਾ। ਗੀਤਾ ਨੂੰ ਕਿਤਾਬ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ, ਉਸ ਦਾ ਇਹ ਦੋਸ਼ ਕਿਸ ਲੈਂਸ ਦੀਆਂ ਐਨਕਾਂ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਬੇਟਾ ਤਾਂ ਮੇਰੀ ਇੱਕ ਗੱਲ ਇੱਥੇ ਧਿਆਨ ਨਾਲ ਸੁਣੋ, ਜਿਹੜਾ ਗੀਤਾ ਨੂੰ ਬੁੱਕ ਪੜ੍ਹਨ 'ਚ ਡਿਫੀਕਲਟੀ ਹੋਈ ਹੈ, ਬੁੱਕ ਤੁਸੀਂ ਦੂਰ ਦੇਖ ਕੇ ਪੜ੍ਹਦੇ ਹੋ ਕਿ ਕੋਲ? ਅਤੇ ਬੁੱਕ ਅਸੀਂ ਕੋਲ ਪੜ੍ਹਦੇ ਹਾਂ, ਅਤੇ ਜਦੋਂ ਸਾਡੀ ਕੋਲ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਵੀਕ ਹੋਵੇ, ਹੈ ਨਾ, ਸਾਡੀ ਕੋਲ ਦੀ ਦ੍ਰਿਸ਼ਟੀ, ਨੇੜੇ ਰੱਖੀਆਂ ਵਸਤੂਆਂ ਸਾਨੂੰ ਸਪਸ਼ਟ ਨਹੀਂ ਦਿਖਾਈ ਦਿੰਦੀਆਂ, ਤਾਂ ਉਦੋਂ ਸਾਨੂੰ ਕਿਹੜਾ ਦੋਸ਼ ਹੁੰਦਾ? ਉਦੋਂ ਹੁੰਦਾ ਸਾਨੂੰ ਦੂਰ ਦ੍ਰਿਸ਼ਟੀ ਦੋਸ਼। ਉਦੋਂ ਸਾਨੂੰ ਕੀ ਹੁੰਦਾ? ਦੂਰ ਦ੍ਰਿਸ਼ਟੀ ਦੋਸ਼। ਅਤੇ ਦੂਰ ਦ੍ਰਿਸ਼ਟੀ ਦੋਸ਼ ਅਸੀਂ ਕਿੱਦਾਂ ਦੂਰ ਕਰ ਸਕਦੇ ਹਾਂ ਜੀ? ਦੂਰ ਦ੍ਰਿਸ਼ਟੀ ਦੋਸ਼ ਅਸੀਂ ਕਨਵੈਕਸ ਲੈਂਸ ਜਾਂ ਫਿਰ ਉੱਤਰ ਲੈਂਸ ਨਾਲ ਦੂਰ ਕਰ ਸਕਦੇ ਹਾਂ। ਬੇਟਾ ਕਨਕੇਵ ਲੈਂਸ ਨਾਲ ਨਹੀਂ ਦੂਰ ਕਰ ਸਕਦੇ, ਇਹਦੇ ਨਾਲ ਨਿਕਟ ਦੂਰ ਕਰ ਸਕਦੇ ਹਾਂ। ਬੋਥ ਆਫ ਏ ਵੀ ਨਹੀਂ ਆਏਗਾ, ਨਨ ਆਫ ਅਬਾਊਟ ਉਪਰੋਕਤ ਵਿੱਚੋਂ ਕੋਈ ਨਹੀਂ ਆਏਗਾ, ਅਤੇ ਊੜਾ ਅਤੇ ਐੜਾ ਦੋਨੋਂ ਵੀ ਨਹੀਂ ਆਉਣਗੇ। ਅਗਲਾ ਕੁਸ਼ਚਨ 5th ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਬੇਟਾ ਕੁਸ਼ਚਨਸ ਤਾਂ ਆਏ ਹੈ, ਪਰ ਜਿਹੜਾ ਪੇਪਰ ਸੈਟਅਪ ਆਇਆ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੈ। ਸਿੱਧਾ ਨਹੀਂ ਪੁੱਛਿਆ ਗਿਆ ਕਿ ਦੂਰ ਦ੍ਰਿਸ਼ਟੀ ਦੋਸ਼ ਲਈ ਆਪਾਂ ਕਿਹੜਾ ਲੈਂਸ ਵਰਤਦੇ ਹਾਂ। ਅਟੋਮਿਕ ਨੰਬਰ ਆਫ ਕਲੋਰਿਨ ਇਜ਼ 17। ਆਹ ਤਾਂ ਮੈਂ ਬੇਟਾ ਤੁਹਾਨੂੰ ਰਟਾਇਆ ਹੋਇਆ ਹੈ, ਇਹਦੀਆਂ ਸਾਰੀਆਂ ਵੀਡੀਓਜ਼ ਮੇਰੇ ਚੈਨਲ 'ਤੇ ਹੈਗੀਆਂ, ਤੁਸੀਂ ਆਈ 'ਚ ਉਹਨਾਂ ਦਾ ਡਿਸਕ੍ਰਿਪਸ਼ਨ 'ਚ ਵੀ ਉਹਨਾਂ ਦਾ ਲਿੰਕ ਦੇਖ ਸਕਦੇ ਹੋ। ਤੁਹਾਨੂੰ ਪਤਾ ਹੈ ਜੀ ਕਲੋਰਿਨ ਦਾ ਅਟੋਮਿਕ ਨੰਬਰ ਜਿਹੜਾ ਹੈ 17 ਹੈ, ਉਹਦੀ ਇਲੈਕਟ੍ਰੋਨਿਕ ਕੌਨਫਿਗੇਸ਼ਨ ਕੀ ਹੋਏਗੀ? ਕਲੋਰਿਨ ਦੀ ਪਰਮਾਣੂ ਸੰਖਿਆ 17 ਹੈ, ਇਸਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਏਗੀ? ਬੇਟਾ ਸ਼ੈਲ ਦੀ ਮੈਂ ਤੁਹਾਨੂੰ ਡਿਸਟ੍ਰੀਬਿਊਸ਼ਨ ਸਿਖਾਈ ਹੋਈ ਹੈ ਜੀ, ਪਹਿਲੇ 'ਚ ਆ ਜਾਣੇ ਤੁਹਾਡੇ 2, ਠੀਕ ਹੈ, ਇਲੈਕਟ੍ਰੋਨ, ਦੂਜੇ 'ਚ 8, 8+2 ਕਿੰਨੇ ਹੋ ਗਏ 7, ਸੋਰੀ 8+2 ਕਿੰਨੇ ਹੋ ਗਏ 10, ਅਤੇ ਐਮ 'ਚ ਕਿੰਨੀ ਆ ਅੱਗੇ 7, ਤਾਂ ਹੀ 17 ਬਣਿਆ ਟੋਟਲ। ਇਹਦਾ ਮਤਲਬ ਉਹਦੀ ਇਲੈਕਟ੍ਰੋਨਿਕ ਕੌਨਫਿਗੇਸ਼ਨ ਕੀ ਆ ਗਈ? 2, 8, 7, ਯਾਨੀ ਸਾਡਾ ਰਾਈਟ ਉੱਤਰ ਕੀ ਆ ਗਿਆ? ਸੀ। ਠੀਕ ਹੈ, ਵੈਰੀ ਇੰਪੋਰਟੈਂਟ। ਅੱਛਾ ਜੀ ਅੱਗੇ 6th ਕੁਸ਼ਚਨ ਹੈ, ਏ ਜੀ ਐਨ ਓ 3 ਪਲੱਸ ਐਨ ਏ ਸੀ ਐਲ ਗਿਵਸ ਯੂ ਏ ਜੀ ਸੀ ਐਲ ਪਲੱਸ ਐਨ ਏ ਐਨ ਓ 3। ਦਾ ਅਬਵ ਰਿਐਕਸ਼ਨ ਇਜ਼ ਐਨ ਐਗਜ਼ਾਮਪਲ ਆਫ ਉਪਰੋਕਤ ਰਸਾਇਣਿਕ ਕਿਰਿਆ, ਇੱਕ ਉਦਾਹਰਨ ਹੈ ਕਿਸ ਦੀ? ਕੰਬੀਨੇਸ਼ਨ ਰਿਐਕਸ਼ਨ, ਜਿਹਨੂੰ ਆਪਾਂ ਸੰਯੋਜਨ ਕਿਰਿਆ ਕਹਿੰਦੇ ਹਾਂ। ਬੇਟਾ ਅੱਜ ਮੈਂ ਲਾਈਵ ਲੈਕਚਰ ਲਿਆ ਹੈ 1st ਚੈਪਟਰ ਦਾ, ਅਤੇ ਉਹ 'ਚ ਮੈਂ ਸਾਰੀਆਂ ਕਨਫਿਊਜ਼ਨਸ ਕਲੀਅਰ ਕੀਤੀਆਂ ਹੋਈਆਂ, ਤੁਸੀਂ ਆਈ 'ਚ ਉਹਦਾ ਵੀ ਲਿੰਕ ਦੇਖ ਸਕਦੇ ਹੋ, ਅਤੇ ਤੁਸੀਂ ਉਹ ਲੈਕਚਰ ਵੀ ਦੇਖ ਸਕਦੇ ਹੋ, ਔਰ ਤਕਰੀਬਨ ਉਸ ਲੈਕਚਰ ਵਾਲੇ ਕੁਸ਼ਚਨ ਇਸ ਸੈਂਪਲ ਪੇਪਰ 'ਚ ਹੈ। ਦਾ ਅਬਵ ਰਿਐਕਸ਼ਨ ਇਜ਼ ਐਨ ਐਗਜ਼ਾਮਪਲ ਆਫ ਵਿੱਚ? ਕੰਬੀਨੇਸ਼ਨ ਰਿਐਕਸ਼ਨ, ਡਬਲ ਡਿਸਪਲੇਸਮੈਂਟ, ਡੀਕੰਪੋਜੀਸ਼ਨ, ਡਿਸਪਲੇਸਮੈਂਟ ਰਿਐਕਸ਼ਨ। ਜੀ ਸੰਯੋਜਨ ਹੁੰਦਾ ਜੁੜਨਾ, ਦੋਹਰਾ ਵਿਸਥਾਪਨ ਕਿ ਦੋ ਚੀਜ਼ਾਂ ਇੱਕ ਦੂਜੇ ਨੂੰ ਰਿਪਲੇਸ ਕਰ ਦੇਣ, ਡੀਕੰਪੋਜੀਸ਼ਨ ਅਪਘਟਨ ਟੁੱਟ ਜਾਣਾ, ਡਿਸਪਲੇਸਮੈਂਟ ਵਿਸਥਾਪਨ। ਅਤੇ ਬੇਟਾ ਨਾ ਇਹ ਡੀਕੰਪੋਜੀਸ਼ਨ ਹੈ ਅਤੇ ਨਾ ਇਹ ਕੰਬੀਨੇਸ਼ਨ ਹੈ, ਹੈ ਇਹ ਡਿਸਪਲੇਸਮੈਂਟ ਰਿਐਕਸ਼ਨ। ਹੁਣ ਡਬਲ ਹੈ ਕਿ ਸਿੰਗਲ, ਯਾਨੀ ਦੋਹਰਾ ਵਿਸਥਾਪਨ ਹੈ ਕਿ ਵਿਸਥਾਪਨ? ਬੇਟਾ ਦੇਖੋ ਇੱਥੋਂ, ਦੇਖੋ ਏ ਜੀ, ਏ ਜੀ ਸੀ ਐਲ ਅਤੇ ਐਨ ਏ ਐਨ ਓ 3, ਇੱਧਰ ਵੀ 2 ਅਤੇ ਇੱਧਰ ਵੀ 2, ਦੋਨਾਂ ਨੇ, ਦੋ ਐਲੀਮੈਂਟਸ ਨੇ ਇੱਕ ਦੂਜੇ ਦੀ ਜਗ੍ਹਾ ਲੈ ਲਈ, ਹੈ ਨਾ, ਜਗ੍ਹਾ ਲੈ ਲਈ ਨਾ, ਐਨ ਓ 3 ਨੇ ਇਹਦੇ ਨਾਲ ਅਤੇ ਸੀ ਐਲ ਨੇ ਇਹਦੇ ਨਾਲ, ਅਤੇ ਇਹ ਕਿਹੜੀ ਰਿਐਕਸ਼ਨ ਹੋ ਗਈ? ਇਹ ਹੋ ਗਈ ਡਬਲ ਡਿਸਪਲੇਸਮੈਂਟ। ਡਿਸਪਲੇਸਮੈਂਟ ਨਹੀਂ, ਡਿਸਪਲੇਸਮੈਂਟ ਦੀ ਐਗਜ਼ਾਮਪਲ ਵੀ ਅੱਗੇ ਸੈਂਪਲ ਪੇਪਰ 'ਚ ਆਈ ਹੋਈ ਹੈ, ਮੈਂ ਤੁਹਾਨੂੰ ਉੱਥੇ ਉਹਦੀ ਐਗਜ਼ਾਮਪਲ ਦੇਵਾਂਗੀ। ਕਨਫਿਊਜ਼ ਨਹੀਂ ਹੋਣਾ, ਦੋ ਚੀਜ਼ਾਂ ਨੇ ਜਗ੍ਹਾ ਬਦਲੀ, ਇਸ ਲਈ ਇਹ ਡਬਲ ਡਿਸਪਲੇਸਮੈਂਟ ਦੀ ਰਿਐਕਸ਼ਨ ਹੋਈ, ਜਿਹਨੂੰ ਆਪਾਂ ਕਹਿੰਦੇ ਦੋਹਰਾ ਵਿਸਥਾਪਨ ਕਿਰਿਆ। ਅੱਗੇ ਗੱਲ ਕਰਨ ਜਾ ਰਹੀ ਹਾਂ, ਮੈਂ ਨਾ ਰਿਵੀਜ਼ਨ ਸ਼ੁਰੂ ਕੀਤੀ ਸੀ ਕੁਐਸਚਨ ਬੈਂਕਸ ਦੀ, 50 ਕੁਐਸਚਨਸ ਦੀ, ਅਤੇ ਉਸ ਕੁਐਸਚਨ ਬੈਂਕ 'ਚ ਪਹਿਲਾ ਕੁਐਸਚਨ ਨਾ ਆਈ ਦਾ ਡਾਇਗਰਾਮ ਹੈ, ਆਈ ਦਾ ਡਾਇਗਰਾਮ, ਉਹਦੇ ਵਿੱਚ ਆ ਮੈਂ ਸਭ ਕੁਝ ਕਲੀਅਰ ਕੀਤਾ ਕਿ ਜੀ ਉਹ 'ਚੋਂ ਕੁਐਸਚਨ ਪੁੱਛਿਆ ਗਿਆ ਕਿ ਦਾ ਹਿਊਮਨ ਆਈ ਫੋਰਮਸ ਐਨ ਇਮੇਜ ਆਫ ਐਨ ਓਬਜੈਕਟ ਐਟ, ਮਨੁੱਖੀ ਅੱਖ ਦੇ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ਤਾਂ ਉਸਨੂੰ ਕੀ ਕਿਤੇ ਬਣਾਉਂਦੀ? ਕੋਰਨੀਆ, ਆਰਸ, ਪਿਊਪਲ, ਰੈਟੀਨਾ। ਪੰਜਾਬੀ 'ਚ ਪੜ੍ਹਾਂਗੀ ਕੋਰਨੀਆ, ਆਰਸ, ਪੁਤਲੀ ਕਿ ਰੈਟੀਨਾ, ਅਤੇ ਬੇਟਾ ਸਹੀ ਉੱਤਰ ਹੈ ਰੈਟੀਨਾ। ਠੀਕ ਹੈ ਪਿਆਰੇ ਵਿਦਿਆਰਥੀ, ਉਹ ਸਾਡੀ ਜਿਹੜੀ ਅੱਖ ਹੈ ਉਹ ਕਿਸੇ ਵਸਤੂ ਦਾ ਪ੍ਰਤੀਬਿੰਬ ਰੈਟੀਨਾ 'ਤੇ ਬਣਾਉਂਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਜਾਣਨ ਲਈ। ਠੀਕ ਹੈ ਅੱਗੇ ਗੱਲ ਕਰਾਂਗੀ, ਕੰਪਲੀਟ ਦਾ ਫੋਲੋਇੰਗ ਕੈਮੀਕਲ ਰਿਐਕਸ਼ਨ, ਹੇਠ ਲਿਖੀ ਸਮੀਕਰਨ ਨੂੰ ਪੂਰਾ ਕਰੋ। ਹੁਣੇ ਮੈਂ ਬੋਲ ਕੇ ਹਟੀ ਹਾਂ
कि मैं डिस्प्लेसमेंट रिएक्शन भी इस पेपर च हैगी है, तो मैं तुहानूं उहदे एक्सप्लेन करांगी। दिस इज़ द एग्जाम्पल ऑफ विस्थापन क्रिया, ठीक है। ये विस्थापन क्रिया की एग्जाम्पल है, इहदा एज सच लैक्चर पूरा मेरे को है बनिया होया, तुसीं उहनूं देख सकते हो बेटा। आपां समीकरण नूं पूरा करना है और देखो इच आयरन ते कॉपर है, ये रिएक्टिविटी सीरीज ते डिपेंड है बेटा। रिएक्टिविटी सीरीज ते ये कि ज़्यादा क्रियाशील कौन है, तो तुहानूं ये पता है कि जिहड़ा आयरन है वह कॉपर तो वध क्रियाशील है, तो वह उसनूं उसकी जगह तो की कढ देगा, कढ देगा, तो इत्थे की बन जाएगा FeSO4, ठीक है। ये भी रिएक्शन अज सवेरे लाइव लैक्चर च भी हुई है डिस्कस, और उत्थे भी मैं कहा है कि ये रिएक्शन बहुत इंपॉर्टेंट है। प्लस उत्थे आपां एक गल होर डिस्कस की सी कि पहले जी सल्यूशन का रंग नीला हुंदा है, ते बाद चो सल्यूशन का रंग की हुंदा है, हल्का हरा। सो एक क्वेश्चन सारे डिस्कस होए हुए तुहाडे नाल, तुसीं ये नहीं कह सकते कि टीचर ने सानू कुछ छड्डिया है जां तुहानू मतलब ये नहीं समझ आ रहा। तो सो प्यारे विद्यार्थी हो, इहोने तुहाडे ते बनना है, तुहाडे ते है कि तुसीं किस हिसाब नाल तैयारी करनी है। अच्छा जी बेटा, अगे 2 मार्क्स के क्वेश्चन एंड वेरी इंपॉर्टेंट क्वेश्चन, और इस ये जिहड़ा क्वेश्चन है ना, इस बच्चों को थोड़ी जी कन्फ्यूजन होंगी है, पर आप कन्फ्यूजन हो नहीं देनी। कहिंदा विच मिरर इज यूज्ड इन फॉलोइंग रे डायग्राम, जिहड़ा फॉलोइंग रे डायग्राम है इहदे विच किहड़ा मिरर है वह वरत्या गया है। राइट द प्रॉपर्टीज ऑफ इमेज फॉर्म्ड, दिते हुए रेखा चित्र विच केड़ा दर्पण वरत्या गया है, प्रतिबिंब दे लक्षण देखो। बेटा पहले तो अद्धिया ने चित्र वेख के डर जाना, डरना बिल्कुल नहीं है। 10 वीडियोज़ मैं इन्हां ते बनाईयां, 10, और वो वीडियोज़ तुसी जाके देखो ते तुसी कदी भी नहीं कन्फ्यूज होवोगे। सब तो पहले तो यह दर्पण केड़ा है जी, सब तो पहले तो आपां यह गल करिए कि यह दर्पण केड़ा है, तो यह है जी अवतल दर्पण, ठीक है। केड़ा दर्पण है? अवतल दर्पण। जे तुसी अवतल दर्पण लिखता तो तुहानू 1 नंबर मिल गया। 2 नंबर का क्वेश्चन है ना, पहला उन्होंने कहा कि जी दिते हुए किरण रेखा चित्र विच केड़ा दर्पण वरत्या गया है, ठीक है। केड़ा दर्पण वरत्या गया, असी आंसर देता जी अवतल दर्पण। क्यों बेटा अवतल दर्पण वरत्या गया? देखो बाहरला जिहड़ा सफेयर का बाहरली चीज़ आ पॉलिश है, तो अंदरली की है, अंदरली जिहड़ी है उत्ते ताडी जिहड़ियां लाइट रेज है वह जा रही हैं, तो अल्टीमेटली वो की है फोकस तो लंघ रही हैं रिफलैक्ट होके। हुण देखो आ जी इमेज वस्तु का जड़ा है वो वस्तु पई है, आड़ी की पई है जी वस्तु, तो आदा प्रतिबिंब बन रहा, आदा की बन रहा जी प्रतिबिंब। हुण तुसीं इस प्रतिबिंब के दसने लक्षण, तुसीं इस प्रतिबिंब के लक्षण देखने, तो सब तो पहले तुहानूं ये पता किहड़ा केस है, इहदे टोटल तुहानूं मैं सारे केस डिस्कस करवाए हुए 6 दे 6। ये केस की है कि जदों वस्तु जिहड़ी है सी तो परे पई है, सी साडा सेंटर ऑफ कर्वेचर, सी तो परे है वस्तु, है ना। जदों सी तो परे है वस्तु उदों जिहड़ा साडा इमेज है वह कित्थे बनिया, देखो एफ ते सी दे विचकार, एफ ते सी दे विचकार साडा की बनिया इमेज, ठीक है। हुण इमेज का की चक्कर है, इमेज पहले तो देखो जी देखण जी छोटा लग रहा है, वस्तु दे आकार दे नालों की है छोटा है, तो जे वस्तु सीधी पई है तो इमेज उल्टा बन रहा है, तो इसलिए वास्तविक अते उल्टा, ठीक है बेटा। इनू तुसी कर देना वास्तविक अते उल्टा, ठीक है बेटा। ये क्वेश्चन तुसी करना बेटा, तुहानू मैं दस्या होया है कि तुसी कहना मैं वास्तविक क्यों लिखता। बेटा अवतल दर्पण च सिर्फ एक ही केस है जिस आभासी इमेज बनता है, बाकी वास्तविक ही बनता है, और वो एक केस हैगा जिस आभासी बनता है, जो वस्तु तुहाडी पई होनी जिहड़ी एफ अते जिहड़ा पी दे विचकार है, ठीक है ना बेटा, तो उदों तुसी मतलब तुसी ये लिखना। दूजी गल आ केस साडा हैगा सी तो परे वाला, तो इस ताडी जिहड़ी इमेज बनी एफ अते सी दे विचकार बनी, लक्षण की हो गया छोटा है, वास्तविक अते उल्टा है, ठीक है बेटा। सारियां वीडियोज़ इस लैसन दियां मेरे है, मेरे को तुसी देख सकते हो जदों भी तुहाडा दिल करे। नैक्सट क्वेश्चन, वेरी इंपॉर्टेंट क्वेश्चन, 5th चैप्टर का, विच एलीमेंट हैज़ 2 शेल्स बोथ विच आर कंप्लीटली फिल्ड, टिप्स एंड ट्रिक्स। रटाए हुए हैं मैं तुहानू पहले 20 एलीमेंट्स वो, ठीक है ना। तो हुण तुसी वो एलीमेंट लिखना है जिदे पहले दोनों शैल फिल है, तो तुहानू पता है जी पहले पंजाबी भी पढ़ती हाँ 2 शैल होंगे हैं, दोवें इलैक्ट्रॉन नू भरे होंगे, तुहानू पता है जी 2 ते 8, हुण 8 जमा 2 यानी आपां ओ लभना है जिदा पहले जिदा अटोमिक नंबर किन्ना होए 10, ता ही 2 शैल भरे होणगे। इहदा मतलब 10 वाला की हुंदा है न्यून,
ਇਹਦਾ ਮਤਲਬ ਸਾਡਾ ਪਹਿਲੇ ਦਾ ਆਨਸਰ ਕੀ ਆ ਗਿਆ ਨਿਊਨ, ਜਿਹਦੇ ਦੋਨੋਂ ਸ਼ੈੱਲ ਕੀ ਹੈ ਭਰੇ ਹੋਏ ਹਨ। ਦੂਜੀ ਗੱਲ ਹੈ ਇਲੈਕਟ੍ਰੋਨਿਕ ਕੋਨਫੀਗੇਸ਼ਨ 282 ਹੋਵੇ, ਤਾਂ ਮੈਂ ਤੁਹਾਨੂੰ ਕਿਹਾ ਜਦੋਂ ਵੀ ਇਲੈਕਟ੍ਰੋਨਿਕ ਕੋਨਫੀਗੇਸ਼ਨ ਦਿੱਤੀ ਹੋਵੇ ਸਭ ਤੋਂ ਪਹਿਲੇ ਜੇ ਤੁਸੀਂ ਕੱਢਣਾ ਤਾਂ ਇਲੈਕਟ੍ਰੋਨਿਕ ਕੋਨਫੀਗੇਸ਼ਨ ਨੂੰ ਜਮ੍ਹਾਂ ਕਰ, ਠੀਕ ਹੈ ਜੀ। 2 + 8 = 10 + 2 = 12, ਯਾਨੀ 12 ਕਿੱਦਾਂ ਹੁੰਦਾ ਇਲੈਕਟ੍ਰੋਨਿਕ ਤਰਤੀਬ 282 ਹੋਵੇ, 12 ਕਿੱਦਾਂ ਹੁੰਦਾ ਜੀ ਐਟੋਮਿਕ ਨੰਬਰ, 12 ਕਿੱਦਾਂ ਹੁੰਦਾ, ਛੇਤੀ ਛੇਤੀ ਬੋਲ ਦਿਓ। ਮੈਗਨੀਸ਼ੀਅਮ 12 ਕਿੱਦਾਂ ਹੁੰਦਾ ਪੁੱਤਰ ਜੀ, ਮੈਗਨੀਸ਼ੀਅਮ। 11 ਕਿੱਦਾਂ ਹੁੰਦਾ ਸੋਡੀਅਮ ਦਾ, ਠੀਕ ਹੈ ਨਾ। 2 ਕਿੱਦਾਂ ਹੁੰਦਾ ਹੀਲੀਅਮ ਦਾ, 3 ਕਿੱਦਾਂ ਹੁੰਦਾ ਲੀਥੀਅਮ ਦਾ, 4 ਬੋਰੋਨ, 4 ਬਰੇਲੀਅਮ, 5 ਬੋਰੋਨ, 6 ਕਾਰਬਨ, ਸੋ ਆਨ, ਠੀਕ ਹੈ ਜੀ। ਅੱਗੇ ਆ ਗਿਆ ਇਹ ਕੁਸ਼ਚਨ ਵੀ ਬੇਟਾ, ਜਿਹੜੇ ਮੈਂ 50 ਕੁਸ਼ਚਨ ਬੈਂਕ ਸ਼ੁਰੂ ਕੀਤਾ ਸੀ 10th ਦੀ ਰਿਵੀਜ਼ਨ 'ਚ, ਉਹ 'ਚ ਮੈਂ ਬਹੁਤ ਹੀ ਅੱਛੀ ਤਰ੍ਹਾਂ ਡਿਸਕਸ ਕੀਤਾ ਹੋਇਆ ਵਿੱਚ ਫਿਨੋਮਨਾ ਆਫ ਲਾਈਟ ਇਜ਼ ਸ਼ੋਨ ਐਂਡ ਡਿਫਾਈਨ ਇਟ। ਸਭ ਤੋਂ ਪਹਿਲੇ ਤਾਂ ਤੁਸੀਂ ਜੀ ਆਹ ਆਹ ਜਿਹੜਾ ਆਹ ਟੁੱਟਿਆ ਨਾ, ਟੁੱਟਿਆ ਸਪੈਕਟ੍ਰਮ, ਹੈ ਨਾ, ਲਿਖਿਆ ਹੀ ਹੋਇਆ ਵਾਈਟ ਲਾਈਟ ਸਪੈਕਟ੍ਰਮ, ਠੀਕ ਹੈ। ਇਨ ਇਹ ਕਿਹੜਾ ਫਿਨੋਮਨਾ ਹੈ, ਇਹਦੀ ਬੜੀ ਵਧੀਆ ਐਗਜ਼ਾਮਪਲ ਹੈ ਸਾਡੇ ਕੋਲ ਜੋ ਅੱਜ ਕੱਲ੍ਹ ਅਸੀਂ ਆਮ ਵੇਖ ਰਹੇ ਹਾਂ ਲੋਕਡਾਊਨ 'ਚ, ਰੇਨਬੋ, ਕਿਉਂਕਿ ਇਨਵਾਇਰਮੈਂਟ ਸਾਫ਼ ਹੋ ਗਿਆ ਬੇਟਾ। ਦਿਸ ਇਜ਼ ਨੋਨ ਐਜ਼ ਪ੍ਰਕਾਸ਼ ਦਾ ਵਿਖੇਪਨ, ਠੀਕ ਹੈ ਨਾ, ਪ੍ਰਕਾਸ਼ ਦਾ ਵਿਖੇਪਨ। ਵਿਖੇਪਨ ਯਾਨੀ ਵਿਭਾਜਨ, ਟੁੱਟ ਜਾਣਾ, ਪ੍ਰਕਾਸ਼ ਟੁੱਟ ਗਿਆ ਜੀ। ਇੱਕ ਪ੍ਰਕਾਸ਼ ਪਾਇਆ ਇੱਧਰੋਂ, ਕਿਹੜਾ ਪਾਇਆ, ਇੱਕ ਚਿੱਟਾ, ਠੀਕ ਹੈ, ਚਿੱਟਾ ਪ੍ਰਕਾਸ਼ ਪਾਇਆ ਅਤੇ ਉਹ ਪ੍ਰਕਾਸ਼ ਜੀ ਟੁੱਟ ਗਿਆ, ਠੀਕ ਹੈ, ਉਹਦਾ ਵਿਖੇਪਨ ਹੋ ਗਿਆ ਅਤੇ ਉਹ ਟੁੱਟ ਗਿਆ। ਔਰ ਇਹਨੂੰ ਆਪਾਂ ਕੀ ਕਹਿਤਾ, ਪ੍ਰਕਾਸ਼ ਦਾ ਵਿਖੇਪਨ। ਜਦੋਂ ਪ੍ਰਕਾਸ਼ ਜਿਹੜਾ ਚਿੱਟਾ ਪ੍ਰਕਾਸ਼ ਹੈ ਉਹ 7 ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਕਾਸ਼ ਦਾ ਜਿਹੜਾ ਹੈ ਵਰਣ ਵਿਖੇਪਨ ਹੋ ਗਿਆ, ਜਾਂ ਪ੍ਰਕਾਸ਼ ਜਿਹੜਾ ਹੈ ਉਹ 7 ਰੰਗਾਂ ਵਿੱਚ ਜਿਹੜਾ ਹੈ ਟੁੱਟ ਗਿਆ, ਕਿ ਚਿੱਟੇ ਪ੍ਰਕਾਸ਼ ਦੇ ਇਸਦੇ ਘਟਕ ਰੰਗਾਂ ਵਿੱਚ ਵਿਭਾਜਨ ਨੂੰ ਵਿਖੇਪਨ ਕਹਿੰਦੇ ਆ ਬੇਟਾ। ਇੱਕ ਮੈਂ ਚੀਜ਼ ਤੁਹਾਨੂੰ ਇੱਥੇ ਹੋਰ ਯਾਦ ਕਰਵਾਉਣਾ ਚਾਹੁੰਦੀ ਹਾਂ, ਵਿਬ ਗਿਓਰ ਆਹ ਜਿਹੜੇ 7 ਰੰਗ ਟੁੱਟੇ, ਵਿਬ ਗਿਓਰ ਹੈ, ਵਿਬ ਤੋਂ ਮਤਲਬ ਵਾਇਲਟ, ਵਾਇਲਟ ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਅਤੇ ਰੈੱਡ, ਠੀਕ ਹੈ। ਹੁਣ ਇਹ ਸੀ ਸਾਡੇ 2 ਨੰਬਰ ਦੇ ਕੁਸ਼ਚਨ, 3 ਕੁਸ਼ਚਨ ਸੀ, 2 × 3 = 6 ਨੰਬਰ ਸਾਡੇ ਪੂਰੇ ਆ ਜਾਣੇ ਜੀ। ਸਾਇੰਸ ਹੈ, ਕੋਈ ਨੰਬਰ ਨਹੀਂ ਕੱਟਣਾ ਜੇ ਤੁਸੀਂ ਆਨਸਰ ਸਹੀ ਲਿਖਿਆ। 8 ਸਾਡੇ 1 ਨੰਬਰ ਦੇ ਅਤੇ 3 ਸਾਡੇ 2 ਨੰਬਰ ਦੇ। ਅੱਗੇ ਆ ਜਾਓ ਜੀ 3 ਨੰਬਰ ਦੇ ਕੁਸ਼ਚਨਾਂ 'ਚ, ਔਰ ਇਹ ਵੀ ਕੁਸ਼ਚਨ ਅੱਜ ਸਵੇਰੇ ਲਾਈਵ ਲੈਕਚਰ 'ਚ ਮੈਂ ਡਿਸਕਸ ਕਰਤਾ ਕਿ ਅਪਘਟਨ ਕਿਰਿਆਵਾਂ ਅਤੇ ਸੰਯੋਜਨ ਕਿਰਿਆਵਾਂ ਦਾ ਜਿਹੜਾ ਹੈ ਉਹ ਤੁਸੀਂ ਡਿਫਰੈਂਸ ਦੱਸਣਾ। ਇੱਕ ਗੱਲ ਮੇਰੀ ਯਾਦ ਰੱਖਿਓ, ਡਿਫਰੈਂਸ ਨੂੰ ਹਮੇਸ਼ਾ ਲਾਈਨ 'ਚ ਰੱਖੋ, ਠੀਕ ਹੈ। ਹੁਣ ਤੁਸੀਂ ਡਿਫਰੈਂਸ ਦੱਸਣਾ ਹੈ ਕਿਹੜੀ ਕਿਹੜੀ ਕਿਰਿਆ 'ਚ, ਡੀਕੰਪੋਜੀਸ਼ਨ 'ਚ ਅਤੇ ਕੰਬੀਨੇਸ਼ਨ 'ਚ, ਅਤੇ ਉਹਨਾਂ ਦੀਆਂ ਇਕੁਏਸ਼ਨਸ ਵੀ ਲਿਖਣੀਆਂ। ਅਪਘਟਨ ਕਿਰਿਆਵਾਂ 'ਚ, ਸੰਯੋਜਨ ਕਿਰਿਆਵਾਂ 'ਚ ਅਤੇ ਇਹਨਾਂ ਕਿਰਿਆ ਦੀ ਸਮੀਕਰਨ ਲਿਖੋ। ਅਤੇ ਸਭ ਤੋਂ ਪਹਿਲੇ ਮੈਂ ਇੱਧਰ ਲਿਖ ਲਵਾਂਗੀ ਜੀ ਅਪਘਟਨ ਕਿਰਿਆ, ਠੀਕ ਹੈ ਜੀ। ਇੱਧਰ ਮੈਂ ਕੀ ਲਿਖ ਲਵਾਂਗੀ, ਇੱਧਰ ਮੈਂ ਲਿਖ ਲਵਾਂਗੀ ਤੁਹਾਡੀ ਸੰਯੋਜਨ ਕਿਰਿਆ, ਠੀਕ ਹੈ। ਇੱਧਰ ਮੈਂ ਲਿਖ ਲਵਾਂਗੀ ਤੁਹਾਡੀ ਸੰਯੋਜਨ ਕਿਰਿਆ। ਹੁਣ ਇਹਨਾਂ 'ਚ ਤੁਸੀਂ ਡਿਫਰੈਂਸ ਕਰਨਾ। ਅਤੇ ਸਭ ਤੋਂ ਪਹਿਲੇ ਸੰਯੋਜਨ ਕਿਰਿਆ 'ਚ ਕੀ ਹੋਇਆ, ਸੰਯੋਜਨ ਕਿਰਿਆ 'ਚ ਕੀ ਹੋਇਆ, 2 ਜਾਂ 2 ਤੋਂ ਵੱਧ ਜਿਹੜੇ ਹੈ ਉਹ ਅਭਿਕਾਰਕ ਮਿਲੇ, ਅਭਿਕਾਰਕ ਮਿਲੇ, ਠੀਕ ਹੈ ਜੀ, ਅਭਿਕਾਰਕ ਮਿਲੇ ਅਤੇ ਉਹਨਾਂ ਨੇ ਕੀ ਕੀਤਾ ਜੀ, ਇੱਕ ਉਤਪਾਦ ਬਣਾ ਤਾ, ਇੱਕ ਉਤਪਾਦ ਨੂੰ ਜਿਹੜਾ ਹੈ ਉਹ ਬਣਾ ਤਾ। ਅਪਘਟਨ ਕਿਰਿਆ 'ਚ ਕੀ ਹੋਇਆ, ਇੱਕ ਅਭਿਕਾਰਕ ਟੁੱਟ ਗਿਆ, ਹੈ ਨਾ। ਅਪਘਟਨ ਕਿਰਿਆ 'ਚ ਕੀ ਹੋਇਆ ਕਿ ਇੱਕ ਜਿਹੜਾ ਅਭਿਕਾਰਕ ਹੈ ਉਹ ਟੁੱਟ ਗਿਆ, ਟੁੱਟ ਗਿਆ ਅਤੇ ਕੀ ਬਣਾਇਆ ਉਹਨੇ, ਇੱਕ ਅਭਿਕਾਰਕ ਟੁੱਟ ਕੇ ਇਹ 2 ਜਾਂ 2 ਤੋਂ ਵੱਧ ਉਤਪਾਦ ਬਣਾ ਦੇਗਾ, 2 ਜਾਂ 2 ਤੋਂ ਵੱਧ ਉਤਪਾਦ, ਠੀਕ ਹੈ। ਹੁਣ ਮੇਰੀ ਗੱਲ ਸੁਣੋ, ਤੁਸੀਂ ਇਗਜ਼ਾਮਪਲ ਦੇਣੀ ਹੈ। ਇੱਕ ਤੁਸੀਂ ਜਰਨਲ ਇਗਜ਼ਾਮਪਲ ਵੀ ਦੇਖ ਸਕਦੇ ਹੋ ਕਿ ਕੋਈ ਚੀਜ਼ ਟੁੱਟੀ, ਪਰ ਜੇ ਤੁਸੀਂ ਕਹੋ ਤਾਂ ਸੰਯੋਜਨ ਦੀ ਇਗਜ਼ਾਮਪਲ ਸਿੰਪਲ ਜੀ ਦੇ ਦਿਉ, C+O2 ਐਂਡ ਇਟ ਗਿਵਸ ਯੂ CO2। ਅਤੇ ਜੇ ਤੁਸੀਂ ਇੱਧਰ ਦੇਣੀ ਹੈ ਤਾਂ ਮੈਂ ਸਵੇਰੇ ਲਾਈਵ ਲੈਕਚਰਸ ਵੀ ਇਹੀ ਇਗਜ਼ਾਮਪਲ ਦਿੱਤੀਆਂ, ਜ਼ਿੰਕ ਕਾਰਬੋਨੇਟ, ਜ਼ਿੰਕ ਆਕਸੀਜਨ ਪਲੱਸ CO2। ਹੋਰ ਵੀ ਬਹੁਤ ਇਗਜ਼ਾਮਪਲਸ ਹੈ ਅਪਘਟਨ ਕਿਰਿਆ ਦੀਆਂ, ਸੰਯੋਜਨ ਕਿਰਿਆ ਦੀ। ਮੈਗਨੀਸ਼ੀਅਮ ਵਾਲੀ ਇਗਜ਼ਾਮਪਲ ਦੇ ਦਿਉ, ਕਿਉਂਕਿ 3 ਨੰਬਰ ਵਾਲਾ ਕੁਸ਼ਚਨ ਹੈ ਤਾਂ ਠੀਕ ਹੈ ਨਾ, ਫਿਰ ਤੁਸੀਂ ਉਹਨੂੰ ਪੂਰਾ ਐਕਸਪਲੇਨ ਕਰਨਾ ਹੈ, ਉਹਨੂੰ ਤੁਸੀਂ ਪੂਰਾ ਮਤਲਬ 3 ਨੰਬਰ ਦੇ ਹਿਸਾਬ ਨਾਲ ਤੁਸੀਂ ਇਹ ਕਰੋਗੇ। ਹੋਰ ਤੁਸੀਂ ਸੰਯੋਜਨ ਕਿਰਿਆ ਦੀ ਇਗਜ਼ਾਮਪਲ ਦੇ ਸਕਦੇ ਹੋ, ਤੁਸੀਂ ਆਹ ਦੇ ਦਿਉ, ਪਾਣੀ ਦਾ ਬਣਨਾ H2+O2 ਐਂਡ ਇਟ ਗਿਵਸ ਯੂ 2H2। ਮਤਲਬ ਜੇ ਆਪਾਂ ਸਾਫ਼ ਸ਼ਬਦਾਂ 'ਚ ਕਹੀਏ ਤਾਂ ਜਦੋਂ 2 ਤੋਂ 2 ਵੱਧ ਪਦਾਰਥ ਮਿਲ ਕੇ ਇੱਕ ਇਕੱਲਾ ਉਤਪਾਦ ਪੈਦਾ ਕਰਦੇ ਹਨ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸੰਯੋਜਨ ਕਿਰਿਆ, ਠੀਕ ਹੈ ਬੇਟਾ। ਮਤਲਬ ਇਹ ਬੇਸਿਕਲੀ ਜਿਹੜਾ ਹੈ ਆਪਾਂ ਸੰਯੋਜਨ ਕਿਰਿਆ ਦਾ ਕੰਸੈਪਟ। ਇੱਥੇ ਤੁਸੀਂ ਲਿਖ ਸਕਦੇ ਹੋ ਜੇ ਤੁਸੀਂ ਉਹਦੇ ਬਾਰੇ ਇਹਦੀ ਹੋਰ ਇਗਜ਼ਾਮਪਲ ਦੇਣੀ, ਗਲੂਕੋਸ ਵਾਲੀ, ਕਿ ਜਦੋਂ ਦੈਟ ਇਜ਼ ਤਾਪ ਨਿਕਾਸੀ ਕਿਰਿਆ ਹੁੰਦੀ ਹੈ ਇਹ, ਠੀਕ ਹੈ।
ਉਹ ਤੁਸੀਂ ਜਿੰਨਾ ਮਰਜ਼ੀ ਲਿਖੋ ਤੁਹਾਨੂੰ ਕੋਈ ਮਨਾ ਨਹੀਂ ਕਰੇਗਾ। 3 ਨੰਬਰ ਦਾ ਕੁਐਸਚਨ ਹੈ, ਜਿੰਨਾ ਮਰਜ਼ੀ ਲਿਖੋ। ਅੱਗੇ ਆ ਗਈ ਸੀ ਸਾਡੀ ਜੀ ਅਪਕਟਨ ਜਿਹੜੀ ਕਿਰਿਆ ਹੈ, ਯਾਨੀ ਟੁੱਟ ਜਾਣਾ। ਤੇ ਇੱਧਰ ਮੈਂ ਤੁਹਾਨੂੰ ਜ਼ਿੰਕ ਕਾਰਬੋਨੇਟ ਦੀ ਐਗਜ਼ਾਮਪਲ ਦਿੱਤੀ, ਇਹ ਵੀ ਦੇ ਸਕਦੇ ਹੋ ਤੁਸੀਂ। AgCl ਹੈ ਤੁਹਾਡਾ, ਬ੍ਰੇਕ ਕਰ ਜਾਂਦਾ ਕਿਹਦੇ ਵਿੱਚ, Ag ਪਲੱਸ ਕਲੋਰੀਨ ਦੇ ਵਿੱਚ, ਠੀਕ ਹੈ ਨਾ। ਬੈਲੈਂਸ ਕਰ ਦਿੰਦੀ ਹਾਂ ਮੈਂ 2 2, ਠੀਕ ਹੈ ਨਾ। ਤੇ ਇਹ ਵੀ ਤੁਸੀਂ ਇੱਥੇ ਦੇ ਸਕਦੇ ਹੋ, ਠੀਕ ਹੈ। ਇਹ ਔਰ ਬੇਸਿਕਲੀ ਜੇ ਤੁਸੀਂ ਡਿਫਰੈਂਸ ਕਹੋ ਤਾਂ ਇਹ ਤਾਪ ਜਿਹੜੀਆਂ ਹੁੰਦੀਆਂ ਨਿਕਾਸੀ ਹੁੰਦੀਆਂ ਤੇ ਇਹ ਤਾਪ ਸੋਖੀ ਹੁੰਦੀਆਂ, ਮੋਸਟਲੀ ਇੱਦਾਂ ਹੀ ਹੁੰਦਾ ਹੈ, ਠੀਕ ਹੈ ਨਾ। ਕਿਉਂਕਿ ਇਹ ਹੁੰਦੀਆਂ ਜਿਹੜੀਆਂ ਜੀ ਤਾਪ ਸੋਖੀ ਹੁੰਦੀਆਂ ਹਨ, ਠੀਕ ਹੈ ਜੀ। ਤੇ ਇਹ ਜਿਹੜੀਆਂ ਹੁੰਦੀਆਂ ਤਾਪ ਨਿਕਾਸੀ ਹੁੰਦੀਆਂ। ਜੇ ਚਾਹੁੰਦੇ ਹੋ ਤਾਂ ਉਦਾਹਰਨ ਦੇ ਦਿਓ ਇੱਥੇ ਗਲੂਕੋਜ਼ ਵਾਲੀ, ਠੀਕ ਹੈ। ਤੇ ਇਹ ਤਾਂ ਤੁਹਾਨੂੰ ਪਤਾ ਸੂਰਜ ਦੇ ਪ੍ਰਕਾਸ਼ 'ਚ ਹੀ ਹੁੰਦੀ ਹੈ, ਪ੍ਰਕਾਸ਼ 'ਚ, ਠੀਕ ਹੈ, ਇਸ ਲਈ ਤਾਪ ਸੋਖੀ ਕਹਿਤਾ। ਅੱਗੇ ਆਪਾਂ ਜਿਹੜਾ 13ਵਾਂ ਕੁਐਸਚਨ ਹੈ, ਵੈਰੀ ਇੰਪੋਰਟੈਂਟ, ਵਟ ਇਜ਼ ਓਜ਼ੋਨ ਲੇਅਰ ਐਂਡ ਹਾਊ ਡਜ਼ ਇਟ ਇਫੈਕਟ ਦਾ ਈਕੋਸਿਸਟਮ। ਇਹ ਨਾ ਮੈਂ ਕੁਐਸਚਨਸ ਕਰਵਾ ਰਹੀ ਸੀ 15th ਚੈਪਟਰ ਦੇ, ਮੈਨੂੰ ਲੱਗਦਾ ਇੱਕ ਟੋਪਿਕ ਉਹਦਾ ਰਹਿ ਗਿਆ, ਮੈਂ ਅਵਰ ਇਨਵਾਇਰਮੈਂਟ ਸ਼ੁਰੂ ਕੀਤਾ ਸੀ, ਬਿਕੋਜ਼ ਬੇਟਾ ਕਿ ਹਰ ਪਾਸੋਂ ਸਾਡੇ ਲਈ ਵੀ ਬਹੁਤ ਇੰਪੋਰਟੈਂਟ ਹੈ ਕਿ ਹੁਣ 2 ਮੰਥਲੀ ਸ਼ੁਰੂ ਹੋ ਗਏ ਤਾਂ ਰਿਵੀਜ਼ਨ ਸ਼ੁਰੂ ਕਰ ਦਈਏ। ਅਤੇ ਉਹ 'ਚ ਮੈਂ ਓਜ਼ੋਨ ਦਾ ਕੁਐਸਚਨ ਨਾ ਇੱਕ ਕਰਵਾ ਦਿੱਤਾ ਸੀ ਤੁਹਾਨੂੰ, ਉਹ ਮੈਂ ਇਹ ਕਰਵਾਇਆ ਸੀ ਕਿ ਜਿਹੜਾ ਓਜ਼ੋਨ ਹੈ ਬੇਸਿਕਲੀ ਵਾਯੂਮੰਡਲ ਵਿੱਚ ਓਜ਼ੋਨ ਕਿਸ ਤਰ੍ਹਾਂ ਬਣਦੀ ਹੈ ਅਤੇ ਇਸ ਦੀ ਜਿਹੜੀ ਉਹ ਹੈ ਇਹਦਾ ਲਿਖੋ ਕੀ ਹੈ। ਤਾਂ ਉਹ 'ਚ ਮੈਂ ਸਿੰਪਲ ਤੁਹਾਨੂੰ ਇਹ ਕਰਾਇਆ ਸੀ ਕਿ ਜਿਹੜਾ ਆਕਸੀਜਨ ਹੈ ਉਹ ਟੁੱਟ ਜਾਂਦਾ ਨੇਸੈਂਟ ਆਕਸੀਜਨ 'ਚ, ਔਰ ਅਲਟੀਮੇਟਲੀ ਆਕਸੀਜਨ ਮੋਲੀਕਿਊਲ ਜਦੋਂ ਆਹ ਨੇਸੈਂਟ ਆਕਸੀਜਨ ਨਾਲ ਕੰਬਾਈਨ ਕਰਦਾ ਤਾਂ ਸਾਡੇ ਕੋਲ ਮੋਲੀਕਿਊਲ ਬਣਦਾ ਉਹ ਥਰੂ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਓਜ਼ੋਨ। ਉਹਦੇ 'ਚ ਮੈਂ ਪੂਰਾ ਐਕਸਪਲੇਨ ਕੀਤਾ ਸੀ ਕਿ ਜਿਹੜਾ ਓਜ਼ੋਨ ਲੇਅਰ ਹੈ ਉਹ ਸਟ੍ਰੈਟੋਸਫੇਅਰ 'ਚ ਮੌਜੂਦ ਹੁੰਦੀ ਹੈ ਅਤੇ ਇਹਦਾ ਕੰਮ ਕੀ ਹੈ। ਇਹਦਾ ਕੰਮ ਇਹ ਹੈ ਕਿ ਜਿਹੜਾ ਧਰਤੀ 'ਤੇ ਜਿਹੜੀਆਂ ਪਰਾਂ ਬੈਂਗਨੀ ਕਿਰਨਾਂ ਆ ਰਹੀਆਂ ਨਾ, ਯੂਵੀ ਰੇਜ਼ ਆ ਰਹੀਆਂ, ਉਹ ਸਾਡੇ ਲਈ ਹੈਗੀਆਂ, ਯੂਵੀ ਰੇਜ਼ ਜਿਹੜੀਆਂ ਆ ਰਹੀਆਂ ਉਹ ਸਾਡੇ ਲਈ ਖਤਰਨਾਕ ਹੈ ਅਤੇ ਇਹ ਸਾਨੂੰ ਜੀ ਉਹਦੇ ਤੋਂ ਬਚਾਉਂਦੀ ਹੈ, ਠੀਕ ਹੈ ਨਾ। ਇਹ ਪਰਾਮੈਗਨੀ ਵਿਕਰਨ ਧਰਤੀ 'ਤੇ ਰਹਿਣ ਵਾਲੇ ਜੀਵਾਂ ਲਈ ਬਹੁਤ ਹਾਨੀਕਾਰਕ ਹੈ ਅਤੇ ਇਹ ਵਿਕਰਨਾਂ ਤੋਂ ਸਾਨੂੰ ਬਚਾਉਂਦੀ ਹੈ, ਠੀਕ ਹੈ। ਹੁਣ ਇਸ ਕੁਐਸਚਨ 'ਚ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛਿਆ ਗਿਆ ਹੈ। 1 ਨੰਬਰ ਤਾਂ ਤੁਹਾਨੂੰ ਉਹਨਾਂ ਨੇ ਇੰਨੀ ਗੱਲ ਦਾ ਦੇ ਦੇਣਾ ਕਿ ਤੁਸੀਂ ਲਿਖ ਦੇਣਾ ਜੀ ਓਜ਼ੋਨ ਪਰਥ ਜਿਹੜੀ ਹੈ ਵਾਯੂਮੰਡਲ ਦੇ ਸਟ੍ਰੈਟੋਸਫੇਅਰ 'ਚ ਮੌਜੂਦ ਹਨ, ਇਸ ਦਾ ਫਾਰਮੂਲਾ O3 ਹੈ, ਇਹ ਇੱਦਾਂ ਬਣਦੀ ਹੈ। ਇਹ ਲਿਖ ਦੋਗੇ ਤਾਂ ਜ਼ਿਆਦਾ ਬੈਟਰ ਹੈ, ਕੋਈ ਕੋਈ ਔਖੀ ਤਾਂ ਨਹੀਂ ਹੈ। O2 ਹੈ, O+O, O2+O, O3। ਅੱਛਾ ਹੁਣ ਜਿਹੜਾ ਤੁਹਾਨੂੰ 2 ਨੰਬਰ ਕਾਹਦੇ ਮਿਲਣੇ, ਇਹਦੇ ਮਿਲਣੇ ਤੁਹਾਨੂੰ 2 ਨੰਬਰ। ਇਹ ਪਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਤਾਂ ਜਲਦੀ ਕਾਪੀਜ਼ 'ਤੇ ਪੁਆਇੰਟ ਨੋਟ ਕਰੋ। ਜਿਹੜਾ ਇਹ ਹੈ ਕਿ ਇਹ ਪਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਤਾਂ ਪਹਿਲਾਂ ਲਿਖੋ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਕਿ 1980 ਦੇ ਵਿੱਚ ਕੀ ਹੋਇਆ ਸੀ ਕਿ ਇਹਦੀ ਜਿਹੜੀ ਓਜ਼ੋਨ ਦੀ ਮਾਤਰਾ ਨਾ ਉਹ 'ਚ ਬਹੁਤ ਗਿਰਾਵਟ ਆਈ ਸੀ, ਪਰ ਇਹ ਹੇਠ ਲਿਖੇ ਜਿਹੜੇ ਮਤਲਬ ਆਧਾਰਾਂ 'ਤੇ ਪ੍ਰਭਾਵਿਤ ਕਰਦੀ। ਪਹਿਲੀ ਗੱਲ ਤਾਂ ਇਹ ਕੀ ਕਰਦੀ ਹੈ ਜੀ, ਤਾਪਮਾਨ ਵਿੱਚ ਪਰਿਵਰਤਨ ਦੇ ਕਾਰਨ ਧਰਤੀ 'ਤੇ ਵਰਖਾ ਵਿੱਚ ਕਮੀ। ਪਹਿਲਾ ਪੁਆਇੰਟ ਲਿਖੋ ਜਲਦੀ, ਤਾਪਮਾਨ ਵਿੱਚ ਪਰਿਵਰਤਨ, ਤਾਪਮਾਨ ਵਿੱਚ ਪਰਿਵਰਤਨ ਜਿਹੜਾ ਹੈ ਦੇ ਕਾਰਨ ਧਰਤੀ 'ਤੇ ਵਰਖਾ ਵਿੱਚ ਕਮੀ, ਧਰਤੀ 'ਤੇ ਵਰਖਾ ਵਿੱਚ ਕਮੀ, ਠੀਕ ਹੈ, ਵਰਖਾ ਵਿੱਚ ਕਮੀ, ਠੀਕ ਹੈ। ਅੱਗੇ ਦਾ ਦੂਜਾ ਪੁਆਇੰਟ ਵੀ ਨੋਟ ਕਰੋ, ਇਹ 2 ਨੰਬਰ ਦਾ ਤੁਸੀਂ ਕਮ ਸੇ ਕਮ 2 ਜਾਂ 3 ਪੁਆਇੰਟ ਦੋ। ਜਲੀ ਜੀਵਾਂ 'ਤੇ ਪਦਾਰਥਾਂ 'ਤੇ ਅਸਰ, ਜਲੀ ਜੀਵਾਂ 'ਤੇ ਓਬਵੀਅਸ ਅਸਰ ਹੋਏਗਾ, ਠੀਕ ਹੈ ਨਾ, ਜਲੀ ਜੀਵਾਂ 'ਤੇ ਪਦਾਰਥਾਂ 'ਤੇ ਅਸਰ, ਠੀਕ ਹੈ। ਇੱਕ ਪੁਆਇੰਟ ਮੈਂ ਤੁਹਾਨੂੰ ਹੋਰ ਕਰਾ ਦਿੰਦੀ ਹਾਂ, ਵੈਸੇ ਇਹਦੇ ਕਾਫੀ ਪੁਆਇੰਟਸ ਹੈ, ਤੁਸੀਂ ਡਿਸਕਸ ਕਰ ਸਕਦੇ ਹੋ। ਤੀਜਾ ਇਹਦਾ ਪੁਆਇੰਟ ਹੈ, ਮਨੁੱਖ ਵਿੱਚ ਪ੍ਰਤੀਰੋਧ ਸਮਰੱਥਾ ਵਿੱਚ ਕਮੀ ਅਤੇ ਚਮੜੀ ਦੇ ਕੈਂਸਰ ਵਿੱਚ ਵਾਧਾ। ਹੋਰ ਤੁਸੀਂ ਲਿਖ ਸਕਦੇ ਹੋ, ਸੂਖਮ ਜੀਵਾਂ ਵਿੱਚ ਉੱਤ ਪਰਿਵਰਤਨ ਅਤੇ ਉਹਨਾਂ ਦੀ ਮੌਤ ਦਾ ਕਾਰਨ, ਠੀਕ ਹੈ ਨਾ, ਸੂਖਮ ਜੀਵਾਂ 'ਤੇ ਵੀ ਮੌਤ ਦਾ ਕਾਰਨ ਬਣ ਸਕਦਾ। ਅਗਰ ਤੁਸੀਂ ਕਰ ਸਕਦੇ ਹੋ ਇੱਕ ਪੁਆਇੰਟ ਹੋਰ ਕਿ ਚਾਵਲ ਵਰਗੀਆਂ ਫਸਲਾਂ 'ਤੇ ਵੀ ਅਸਰ ਹੋ ਸਕਦਾ, ਇਹ ਮੈਂ ਤੁਹਾਨੂੰ ਲਿਖ ਦਿੰਦੀ ਹਾਂ, ਜਿਹੜਾ ਇੰਪੋਰਟੈਂਟ ਮੈਂ, ਚਾਵਲ ਫਸਲਾਂ 'ਤੇ, ਸੂਖਮ ਜੀਵੀਆਂ 'ਤੇ, ਹੈ ਨਾ, ਅਤੇ ਮਨੁੱਖ 'ਤੇ। ਮਨੁੱਖ 'ਤੇ ਤਾਂ ਚਲੋ ਹੋਣਾ ਹੀ ਹੋਣਾ, ਕਿ ਉਹਨਾਂ 'ਚ ਮਨੁੱਖ 'ਚ ਜਿਹੜੇ ਚਮੜੀ ਰੋਗ ਹੈ ਉਹ ਵੱਧ ਜਾਣੇ, ਠੀਕ ਹੈ। ਇਸ ਤਰ੍ਹਾਂ ਇਹ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਭਾਵਿਤ ਕਰਦੀ ਹੈ, ਔਰ ਇਹੀ ਪੁਆਇੰਟ ਹੈ ਜਿਹਦਾ ਤੁਹਾਨੂੰ 2 ਨੰਬਰ ਮਿਲਣੇ ਆ, ਅਤੇ ਇਹਦਾ ਤੁਹਾਨੂੰ 1 ਨੰਬਰ ਮਿਲਣਾ, ਵਾਈਫਰਕੇਸ਼ਨ ਇੱਦਾਂ। ਸੋ ਮਾਈ ਡੀਅਰ ਸਟੂਡੈਂਟਸ, ਹੁਣੇ 15 ਮਿੰਟ ਪਹਿਲੇ ਸੈਂਪਲ ਪੇਪਰ ਆਇਆ ਸੀ ਅਤੇ ਮੇਰੇ ਕੋਲ ਰਹਿ ਨਹੀਂ ਗਿਆ, ਅਤੇ ਮੈਨੂੰ ਇਹ ਸੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ, ਬਿਕੋਜ਼ ਇਟਸ ਅ ਵੈਰੀ ਲੌਂਗ ਨਾਈਟ, ਰਾਤ ਬਹੁਤ ਲੰਬੀ ਹੁੰਦੀ ਹੈ, ਅਤੇ ਸਾਨੂੰ ਹੁੰਦਾ ਕਿ ਅਸੀਂ ਤੁਹਾਨੂੰ ਮੈਕਸੀਮਮ ਦੇ ਦਈਏ, ਠੀਕ ਹੈ। ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਕਲਾਸ 10th ਸਾਇੰਸ ਸੈਂਪਲ ਪੇਪਰ, ਕੋਸ਼ਿਸ਼ ਕਰਾਂਗੀ ਕਿ ਨਾਲ ਕੁਐਸਚਨਸ ਹੋਰ ਤੁਹਾਡੇ ਨਾਲ ਡਿਸਕਸ ਕਰਾਂ। ਦਿਨ ਥੋੜ੍ਹੇ ਰਹਿ ਗਏ ਹੈ, ਦਿਨ ਰਾਤ ਇੱਕ ਕਰ ਦਿਉ, ਜੇ ਅਸੀਂ ਕਰ ਰਹੇ ਹਾਂ ਤਾਂ ਤੁਹਾਡਾ ਕਰਾਂ, ਦੋਨਾਂ ਦਾ ਰਲ ਕੇ ਬਹੁਤ ਅੱਛਾ ਰਿਜ਼ਲਟ ਦੇਗਾ। ਟਿਲ ਦੈਨ ਬੇਟਾ, ਗੁੱਡ ਨਾਈਟ, ਟੇਕ ਕੇਅਰ।